ਸਾਧ ਸੰਗਤ ਇਹ ਕੋਈ ਐਵੇਂ ਅੱਤ ਕਥਨੀ ਨਹੀਂ। ਇੱਕ ਅਸੀਂ ਦੋ ਬੱਚੀਆਂ ਸਨਮਾਨਿਤ ਕੀਤੀਆਂ ਅੱਜ ਤੋਂ 18 ਸਾਲ ਪਹਿਲਾਂ। ਉਹ ਬੱਚੀਆਂ ਦੀ ਕਹਾਣੀ ਜਿਹੜੀ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਛਾਪਦੇ ਨੇ। ਦੋਵੇਂ ਬੱਚੀਆਂ ਉਹਨਾਂ ਦੇ ਨਾਨਕੇ ਸੀ ਲੁਧਿਆਣੇ, ਆਪ ਉਹ ਬੱਚੀਆਂ ਧਾਮਪੁਰ ਯੂਪੀ ਵਿੱਚ ਉਹਨਾਂ ਦਾ ਪਰਿਵਾਰ, ਉੱਥੋਂ ਵਿਆਹ ਸ਼ਾਦੀ ਕਰਕੇ ਉਹ ਆਪਣੇ ਨਾਨਕੇ ਕਿਸੇ ਵਿਆਹ ਸ਼ਾਦੀ ਵਿੱਚ ਸ਼ਾਮਿਲ ਹੋਣ ਵਾਸਤੇ ਆਈਆਂ। ਦੋਵੇਂ ਬੱਚੀਆਂ, ਇੱਕ ਬੱਚੀ ਦੀ ਉਮਰ ਕੋਈ 20-21 ਸਾਲ ਹੋਣੀ, ਇੱਕ 17-18 ਸਾਲ। ਦੋਵੇਂ ਭੈਣਾਂ ਉੱਥੋਂ ਮਾਪਿਆਂ ਨੇ ਟ੍ਰੇਨ ਵਿੱਚ ਬਿਠਾ ਦਿੱਤੀਆਂ, ਜਾਓ ਆਪਣੇ ਨਾਨਕਿਆਂ ਨਾਲ ਕੰਮ ਕਾਰ ਵਿੱਚ ਹੱਥ ਵਟਾਓ। ਉਹਨਾਂ ਨੂੰ ਸੀ ਵੀ ਟ੍ਰੇਨ ਸ਼ਾਮੀ 4 ਵਜੇ ਪਹੁੰਚ ਜਾਣੀ ਅਤੇ ਕਹਿ ਦਿੱਤਾ ਵੀ 4 ਵਜੇ ਤੁਹਾਨੂੰ ਆਟੋ ਮਿਲ ਜਾਣਾ, ਬਹੁਤੀ ਦੂਰ ਘਰ ਨਹੀਂ, ਤੁਸੀਂ ਉੱਥੋਂ ਸਟੇਸ਼ਨ ਤੋਂ ਚੱਲ ਦਿਓ। ਪਰ ਸਾਧ ਸੰਗਤ, ਸਰਦੀਆਂ ਦੇ ਦਿਨ ਸਨ, ਟ੍ਰੇਨ 8-9 ਘੰਟੇ ਲੇਟ। ਜਿਹੜੀ ਟ੍ਰੇਨ 4 ਵਜੇ ਪਹੁੰਚਣੀ ਸੀ ਉਹ ਰਾਤੀ 1 ਵਜੇ ਪਹੁੰਚੀ। ਧੁੰਦ ਪਈ ਹੋਈ, ਕੁੱਪ ਹਨੇਰਾ, ਉਦੋਂ ਮੋਬਾਈਲ ਵੀ ਨਹੀਂ ਸੀ ਹੁੰਦੇ, ਹੁਣ ਤਾਂ ਹਰ ਬੱਚੇ ਕੋਲ ਮੋਬਾਈਲ ਹੈ। ਉਹ ਬੱਚੀਆਂ ਜਦੋਂ ਲੁਧਿਆਣੇ ਸਟੇਸ਼ਨ ਰਾਤੀ 1 ਵਜੇ ਉਤਰੀਆਂ, ਦੋਵੇਂ ਭੈਣਾਂ ਸਟੇਸ਼ਨ ਤੋਂ ਬਾਹਰ ਨਿਕਲੀਆਂ, ਸੁੰਨ ਮਸਾਨ ਤੇ ਧੁੰਦ, ਨਸ਼ਾ ਕਰਨ ਵਾਲੇ 4 ਰੁਪਈਏ ਰਕਸ਼ਿਆਂ ਵਾਲੇ ਉਹ ਬੱਚੀਆਂ ਦੇ ਮਗਰ ਲੱਗ ਗਏ। ਉਹਨਾਂ ਕਿਹਾ ਨਾਲੇ ਇਹਨਾਂ ਕੋਲੋਂ ਪਰਸ ਖੋਲਾਂਗੇ, ਨਾਲੇ ਬੇਪਤੀ ਕਰਾਂਗੇ, ਰਾਤ ਨੂੰ ਕਿਹੜਾ ਪੁੱਛਦਾ। ਉਹ 4 ਸ਼ਰਾਬੀ ਦੋਵੇਂ ਬੱਚੀਆਂ ਦੇ ਮਗਰ ਤੁਰ ਪਏ। ਦੋਵੇਂ ਬੱਚੀਆਂ ਜਦੋਂ ਨਹੀਂ ਦੇਖਿਆ ਰਕਸ਼ੇ ਵਾਲਿਆਂ ਦੀ ਨੀਂਦ ਖਰਾਬ ਹੈ, ਤਾਂ ਬੱਚੀਆਂ ਨੇ ਰਕਸ਼ੇ ਤੇ ਬੈਠ ਕੇ ਪੈਦਲ ਤੁਰ ਪਈਆਂ। ਸਾਧ ਸੰਗਤ, ਛੋਟੀ ਭੈਣ ਨੇ ਵੱਡੀ ਨੂੰ ਤੁਰਦਿਆਂ ਤੁਰਦਿਆਂ ਕਿਹਾ, ਦੀਦੀ ਆਪਣੇ ਮਗਰ ਬੰਦੇ ਲੱਗ ਗਏ। ਉਹ ਕਹਿੰਦੀ, ਘਬਰਾ ਨਾ, ਚੌਪਈ ਸਾਹਿਬ ਦਾ ਪਾਠ ਕਰ। ਤੁਰਦੀਆਂ ਤੁਰਦੀਆਂ ਪਾਠ ਕਰਨ ਲੱਗ ਪਈਆਂ, ਚੱਲਦੇ ਪਾਠ ਵਿੱਚ ਤੇਜ਼ ਹੋ ਪਈਆਂ, ਭਈਏ ਮਗਰ ਤੇਜ਼ ਹੋਏ। ਵੱਡੀ ਭੈਣ ਨੇ ਕਿਹਾ ਆਪਣੀ ਛੋਟੀ ਨੂੰ, ਕਹਿੰਦੀ ਰਪਿੰਦਰ ਏਦਾਂ ਕਰ ਕਿਰਪਾਨ ਦੀ ਲੁੱਪੀ ਖੋਲ, ਜਿਹੜਾ ਸਟਿਚ ਲਾਇਆ ਹੋਇਆ। 9-9 ਇੰਚ ਦੀਆਂ ਕਿਰਪਾਨਾਂ ਪਾਈਆਂ ਸੀ। ਦੋਵਾਂ ਭੈਣਾਂ ਨੇ ਸ੍ਰੀ ਸਾਹਿਬ ਕਿਰਪਾਨਾਂ ਕੱਢੀਆਂ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਹਿ ਭਈਆਂ ਤੇ ਟੁੱਟ ਪਈਆਂ। ਇੱਕ ਭਈਏ ਦੇ ਇੱਥੇ ਗਰਦਨ ਚ ਮਾਰੀ, ਇੱਕ ਦੇ ਮੋਢੇ ਤੇ ਕਿਰਪਾਨ ਵੱਜੀ, ਬਸ ਦੋ ਦੇ ਵੱਜਣ ਦੀ ਦੇਰ ਸੀ, ਭੱਜ ਗਏ ਚਾਰੇ ਭਈਏ। ਇੰਨਾ ਰੌਲਾ ਪਾਉਂਦੇ, ਅਰੇ ਮਾਰ ਦੀ ਇਨਕੇ ਪਾਸ ਤੋਂ ਸ਼ਰਾ ਹੈ ਚੱਕੂ। 4 ਬੰਦੇ ਭਜਾ ਦਿੱਤੇ, 2 ਬੱਚੀਆਂ। ਸਾਧ ਸੰਗਤ, ਫਿਰ ਉਹ ਬੱਚੀਆਂ ਉਸੇ ਵਕਤ ਨੇੜੇ ਸਾਡਾ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਉੱਥੇ ਆਈਆਂ। ਬਾਅਦ ਵਿੱਚ ਉਹ ਭਈਏ ਪਕੜੇ ਵੀ ਗਏ, ਕਹਿਣ ਤੋਂ ਭਾਵ ਉਹਨਾਂ ਬੱਚੀਆਂ ਨੂੰ ਸਨਮਾਨਿਤ ਕੀਤਾ। ਸਾਧ ਸੰਗਤ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਤ ਕਿਰਪਾਨਾਂ ਉਹ ਬੱਚੀਆਂ ਨਾ ਪਾਈਆਂ ਹੁੰਦੀਆਂ, ਮਾਫ ਕਰਿਓ, ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ, ਕਦੇ ਹੈਦਰਾਬਾਦ ਦਾ ਕਾਂਡ ਹੋ ਗਿਆ, ਕਦੇ ਦਿੱਲੀ ਹੋ ਗਿਆ, ਉਹ ਕਾਂਡ ਸ਼ਾਇਦ ਉਦਣ ਵੀ ਵਾਪਰ ਗਿਆ। ਸੋ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਕਿਰਪਾਨਾਂ ਪਵਾਓ, ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਓ, ਆਪਣੇ ਬੱਚਿਆਂ ਨੂੰ ਅੰਮ੍ਰਿਤਧਾਰੀ ਕਰੋ। ਇਹ ਕੋਈ ਬਾਹਰਲੀ ਰਹਿਤ ਨਹੀਂ, ਅੰਮ੍ਰਿਤ ਛਕਦਿਆਂ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਸਿੱਖ ਦੇ ਅੰਦਰ ਵੀ ਕੰਮ ਕਰਦੀਆਂ। ਨਹੀਂ ਤੇ 4 ਬੰਦਿਆਂ ਤੋਂ ਤਾਂ ਬੰਦਾ ਡਰ ਜਾਂਦਾ ਜੀ। ਉਹ ਬੱਚੀਆਂ 4 ਭਈਆਂ ਦੇ ਸਾਹਮਣੇ ਖਲੋ ਗਏ। ਸਾਧ ਸੰਗਤ, 4 ਬੰਦੇ ਰਾਤ ਨੂੰ ਇੱਕ ਬੰਦੇ ਦੇ ਮਗਰ ਲੱਗ ਜਾਣ, ਵੇਖੋ ਕੀ ਪਸੀਨਾ ਛੁੱਟਦਾ। ਇੱਥੇ ਸਤਿਗੁਰ ਦੀ ਨਜ਼ਰ ਕਿਰਪਾ ਸੀ। ਦੂਜਾ ਸਵਾਲ।